ਸੋ ਇਹਦਾ ਕਰਨ ਨਾਲ ਮੇਰੀ ਵੀ ਹੈਲਪ ਹੋ ਜੇਗੀ ਤੇ ਕਿਉਂਕਿ ਅਗਰ ਕਿਸੇ ਬੁੱਕ ਦੇ ਉੱਤੇ ਕੁਝ ਲਿਖਿਆ ਤਾਂ ਆਪਾਂ ਉਹਨੂੰ YouTube ਦੇ ਉੱਤੇ ਜਾਂ ਫਿਰ ਆਪਾਂ Google ਤੇ ਜਾ ਕੇ ਸਰਚ ਜ਼ਰੂਰ ਕਰਦੇ ਆ ਤਾਂ ਚੈਨਲ ਆਪਣੇ ਆਪ ਉਹਨਾਂ ਦੇ ਸਾਹਮਣੇ ਆ ਜਾਏਗਾ ਤੇ ਉਹ ਜਿਹੜੀ ਹੈ ਤਿਆਰੀ ਕਰ ਪਾਣੀ ਹੈ ਠੀਕ ਹੈ ਸੋ ਇੰਨੀ ਕਾ ਹੈਲਪ ਜਿਹੜੀ ਹੈ ਆਪਾਂ ਦੂਜਿਆਂ ਦੀ ਤੇ ਮੇਰੀ ਜਿਹੜੀ ਹੈਗੀ ਹੈ ਕਰ ਸਕਦੇ ਹਾਂ ਸੋ ਬੀਐਸ ਮਿਸਟਰ 5 ਪਬਲਿਕ ਐਡਮਿਨਿਸਟ੍ਰੇਸ਼ਨ ਦੇ ਇੰਪੋਰਟੈਂਟ ਲੌਂਗ ਕੁਐਸ਼ਨ ਕਿਹੜੇ ਆ ਤਾਂ ਡਿਫਾਈਨ मीनिंग ਇੰਪੋਰਟੈਂਸ ਜਾਂ ਫਿਰ ਸਿਗਨੀਫਿਕੈਂਸ ਆਫ ਲੋਕਲ ਗਵਰਨਮੈਂਟ ਤਾਂ ਸਥਾਨਕ ਸਰਕਾਰ ਕੀ ਹੈ ਇਸ ਦਾ ਅਰਥ ਇਜ਼ੀ ਵਿਸ਼ੇਸ਼ਤਾ ਠੀਕ ਹੈ ਮਹੱਤਵ ਜਿਹੜਾ ਹੈ ਆਪਾਂ ਨੇ ਦੱਸਣਾ ਹੈ ਤਾਂ ਇੰਪੋਰਟੈਂਸ ਸਿਗਨੀਫੀਕੈਂਸ ਇੱਕੋ ਚੀਜ਼ ਹੈ ਬਹੁਤ ਸਾਰੇ ਬੱਚੇ ਪਿਛਲੇ ਸਾਲ ਕਮੈਂਟ ਕਰਕੇ ਗਏ ਸੀ ਮੈਡਮ ਸਿਗਨੀਫੀਕੈਂਸ ਆ ਗਿਆ ਜਾਂ ਸਿਗਨੀਫੀਕੈਂਸ ਲਿਖਿਆ ਸੀ ਇੰਪੋਰਟੈਂਸ ਆ ਗਿਆ ਤਾਂ ਇਹ ਦੋਨੋਂ ਚੀਜ਼ਾਂ ਸੇਮ ਆ ਠੀਕ ਹੈ ਵਿਸ਼ੇਸ਼ਤਾਵਾ ਵੀ ਬੁੱਝ ਲੈਣ ਤਦ ਵੀ ਮਤਲਬ ਕਿਉਂਕਿ ਆਪਾਂ ਨੂੰ ਵਿਸ਼ੇਸ਼ਤਾਵਾ ਤੇ ਦਿੱਤੀਆਂ ਨਹੀਂ ਹੋਈ ਆਪਾਂ ਨੂੰ ਮਹੱਤਵ ਵੀ ਦਿੱਤਾ ਹੋਇਆ ਤਾਂ ਆਪਾਂ ਨੇ ਉਹਦੀ ਜਗ੍ਹਾ ਤੇ ਅਗਰ ਤੁਹਾਨੂੰ ਲੱਗ ਰਿਹਾ ਹੈ ਵਿਸ਼ੇਸ਼ਤਾਵਾ ਪੁੱਛ ਲੈ ਤਾਂ ਤੁਸੀਂ ਮਹੱਤਵ ਹੀ ਲਿਖ ਕੇ ਆਉਣਾ ਠ ਸੈਕਿੰਡ ਮੋਸਟ ਇੰਪੋਰਟੈਂਟ ਕੁਐਸਚਨ ਹੈ ਐਕਸਪਲੇਨ ਅਪੁਆਇੰਟਮੈਂਟ ਫੰਕਸ਼ਨਸ ਐਂਡ ਰੋਲ ਆਫ ਡਿਪਟੀ ਕਮਿਸ਼ਨਰ ਇਨ ਲੋਕਲ ਗਵਰਨਮੈਂਟ ਤਾਂ ਸਥਾਨਕ ਸਰਕਾਰ ਵਿੱਚ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਅਤੇ ਕਾਰਜ ਭੂਮਿਕਾ ਦੱਸੋ ਕਈ ਵਾਰ ਇਹ ਪੁੱਛ ਲੈਂਦੇ ਨੇ ਡਿਪਟੀ ਕਮਿਸ਼ਨਰ ਦੇ ਫੰਕਸ਼ਨਸ ਠੀਕ ਹੈ ਸਿਰਫਔਰ ਸਿਰਫ ਹੁਣ ਉਹ ਐਡਾ ਵੱਡਾ ਕੁਐਸਚਨ ਤਾਂ ਹੈ ਨਹੀਂ ਇਸ ਕਰਕੇ ਆਪਾਂ ਨੇ ਅਪੁਆਇੰਟਮੈਂਟ ਵੀ ਥੋੜੀ ਜੀ ਦੱਸ ਦੇਣੀ ਹੈ ਫੰਕਸ਼ਨਸ ਦਾ ਦੱਸ ਨਹੀਂ ਦੱਸਨੇ ਹੈ ਰੋਲ ਵੀ ਥੋੜਾ ਜਿਹੜਾ ਹੈ ਦੱਸ ਦੇਣਾ ਤੇ ਇਹ ਕੁਐਸਚਨ ਇਕੱਠਾ ਹੀ ਹੈ ਤਾਂ ਕਰਕੇ ਮੈਂ ਇਕੱਠਾ ਹੀ ਲਿਖਿਆ ਹੋਇਆ ਹੈ ਇਹ ਐਦਾਂ ਹੀ ਹੁੰਦਾ ਕਈ ਵਾਰ ਇਹ ਪੁੱਛ ਲੈਂਦੇ ਨੇ ਕਿ ਡਿਪਟੀ ਕਮਿਸ਼ਨਰ ਦੇ ਬਾਰੇ ਲਿਖੋ ਲੋਕਲ ਗਵਰਨਮੈਂਟ ਦੇ ਠੀਕ ਹੈ ਸੋ ਸਥਾਨਕ ਸਰਕਾਰ ਵਿੱਚ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਕਾਰਜ ਅਤੇ ਭੂਮਿਕਾ ਪੰਚਾਇਤੀ ਰਾਜ ਵਾਲਾ ਕੁਐਸਚਨ ਚਾਹੇ ਤਾਂ ਉਹ ਜਿਹੜਾ ਹੈ 73 ਅਮੈਂਡਮੈਂਟ ਵਾਲਾ ਹੋਵੇ ਚਾਹੇ 74th ਅਮੈਂਡਮੈਂਟ ਵਾਲਾ ਹੋਵੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ 77ਵੀਂ ਸ਼ੋਧ ਜਿਹੜੀ ਸੀ ਉਹ ਰੂਰਲ ਇੰਡੀਆ ਪਿੰਡੂ ਪਿੰਡੋ ਇੰਡੀਆ ਦੇ ਬਾਰੇ ਸੀਗੀ ਪਿੰਡੂ ਭਾਰਤ ਦੇ ਬਾਰੇ ਸੀਗੀ ਕਿ ਸ਼ਹਿਰੀ ਭਾਰਤ ਦੇ ਬਾਰੇ ਸੀ ਠੀਕ ਹੈ ਦੋਨੋਂ ਸ਼ੋਧਾਂ ਦੇ ਬਾਰੇ ਦੱਸਿਓ 77ਵੀਂ ਕਿਸਟ ਸੋਸਾਇਟੀ ਨੂੰ ਲੈ ਕੇ ਕੀਤੀ ਗਈ ਸੀ ਤੇ ਜਿਹੜੀ 74ਵੀਂ ਸ਼ੋਧ ਸੀ ਉਹ ਕਿਹੜੇ ਜਿਹੜੀ ਹੈ ਸੋਸਾਇਟੀ ਲਈ ਕੀਤੀ ਗਈ ਸੀ ਕਿਹੜੀ ਸੋਸਾਇਟੀ ਮਤਲਬ ਰੂਰਲ ਕੇ ਅਰਬਨ ਠੀਕ ਹੈ ਦੋਨਾਂ ਦੇ ਜਿਵੇਂ ਹੁਣ 73ਵੀਂ ਲਿਖ ਰਹੇ ਹੋ ਇਹਦੇ ਸਾਹਮਣੇ ਤੁਸੀਂ ਰੂਰਲ ਜਾਂ ਅਰਬਨ ਜੋ ਵੀ ਹੈ ਤੇ 74ਵੀਂ ਸ਼ੋਧ ਲਿਖ ਰਹੇ ਹੋ ਤਾਂ 74ਵੀਂ ਦੇ ਸਾਹਮਣੇ ਰੂਰਲ ਅਰਬਨ ਕਿਹੜੀ ਹੈ ਇਹ ਜ਼ਰੂਰ ਲਿਖ ਕੇ ਮੈਨੂੰ ਮੈਂਸ਼ਨ ਕਰਨੀ ਹੈ ਠੀਕ ਹੈ ਸੋ ਐਕਸਪਲੇਨ ਪੰਚਾਇਤੀ ਰਾਜ ਐਂਡ ਇਟਸ ਸਿਗਨੀਫੀਕੈਂਸ ਪੰਚਾਇਤੀ ਰਾਜ ਅਤੇ ਇਸ ਦਾ ਮਹੱਤਵ 73ਵੀਂ ਸੰਵਿਧਾਨਕ ਸ਼ੋਧ ਦੇ ਬਾਰੇ ਲਿਖੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਿਸ ਨੇ ਸਟਾਰਟ ਕੀਤੀ 73ਵੀਂ ਸ਼ੋਧ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਕਈ ਵਾਰ ਇਹ ਦੋਨੋਂ ਸ਼ੋਧਾਂ ਹੀ ਪੁੱਛ ਲਈਆਂ ਜਾਂਦੀਆਂ ਨੇ 73ਵੀਂ ਵੀ ਤੇ 74ਵੀਂ ਵੀ ਐਕਸਪਲੇਨ ਗ੍ਰਾਮ ਸਭਾ ਕੰਪੋਜੀਸ਼ਨ ਐਂਡ ਫੰਕਸ਼ਨਸ ਗ੍ਰਾਮ ਸਭਾ ਦੀ ਬਣਤਰ ਅਤੇ ਕਾਰਜ ਦੇ ਬਾਰੇ ਲਿਖਣਾ ਹੈਗਾ ਠੀਕ ਹੈ ਰਾਈਟ ਅਬਾਊਟ ਗ੍ਰਾਮ ਪੰਚਾਇਤ ਐਂਡ ਜ਼ਿਲ੍ਹਾ ਪਰਿਸ਼ਦ ਇਨ ਡਿਟੇਲ ਕਈ ਵਾਰ ਇਹ ਕੁਐਸਚਨ ਜਿਹੜੇ ਨੇ ਕਲੱਬ ਹੋ ਕੇ ਵੀ ਆਉਂਦੇ ਨੇ ਕਿ ਗ੍ਰਾਮ ਪੰਚਾਇਤ ਅਤੇ ਜ਼ਿਲ੍ਹਾ ਪਰਿਸ਼ਦ ਦਾ ਜਿਹੜਾ ਹੈ ਕੀ ਡਿਫਰੈਂਸ ਹੈ ਜਾਂ ਫਿਰ ਇਹ ਪੁੱਛ ਲੈਂਦੇ ਗ੍ਰਾਮ ਪੰਚਾਇਤ ਤੋਂ ਤੁਸੀਂ ਕੀ ਜਾਣਦੇ ਹੋ ਆਪਾਂ ਜੋ ਵੀ ਕੁਝ ਜਾਣਦੇ ਹੈਗੇ ਉਹ ਸਾਰਾ ਜਿਹੜਾ ਹੈਗਾ ਆਪਾਂ ਨੇ ਲਿਖ ਕੇ ਆਉਣਾ ਜ਼ਿਲ੍ਹਾ ਪਰਿਸ਼ਦ ਦੇ ਬਾਰੇ ਵੀ ਬੀਡੀਪੀਓ ਬਲੌਕ ਐਂਡ ਡਿਵੈਲਪਮੈਂਟ ਪੰਚਾਇਤ ਆਫੀਸਰ ਵਰਕਿੰਗ ਇਨ ਡਿਟੇਲ ਹੁਣ BDPO ਵਾਲਾ ਕੁਐਸਚਨ ਜਿਹੜਾ ਹੈ ਪੇਪਰ 'ਚ ਪੁੱਛਿਆ ਜਾਂਦਾ ਕਈ ਵਾਰ ਕਿ ਬਲਾਕ ਅਤੇ ਵਿਕਾਸ ਪੰਚਾਇਤ ਅਫਸਰ ਦੇ ਬਾਰੇ ਲਿਖੋ ਤੇ ਇਹ ਕੀ ਕਾਰਜ ਕਰਦੇ ਨੇ ਕਿ ਨਾ ਇਹਨਾਂ ਦੀ ਨਿਯੁਕਤੀ ਹੁੰਦੀ ਹੈ ਠੀਕ ਹੈ ਸੋ ਇਹ ਸਾਰਾ ਕੰਮ ਕੀ ਉਹਨਾਂ ਦਾ ਕੰਟਰੀਬਿਊਸ਼ਨ ਹੁੰਦਾ ਇੱਕ ਬਹੁਤ ਹੀ ਜ਼ਿਆਦਾ ਬਹੁਤ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਡਿਫਾਈਨ ਅਰਬਨਾਈਜੇਸ਼ਨ ਸ਼ਹਿਰੀਕਰਨ ਦੇ ਬਾਰੇ ਲਿਖੋ ਪ੍ਰੋਬਲਮਸ ਆਫ ਅਰਬਨਾਈਜੇਸ਼ਨ ਇਨ ਪੰਜਾਬ ਠੀਕ ਹੈ ਅਰਬਨਾਈਜੇਸ਼ਨ ਦਾ ਜਿਹੜਾ ਹੈਗਾ ਆਪਾਂ ਕਹਿ ਸਕਦੇ ਪੰਜਾਬ ਵਿੱਚ ਸ਼ਹਿਰੀਕਰਨ ਦੀਆਂ ਸਮੱਸਿਆਵਾਂ ਕਿਹੜੀਆਂ ਨੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਹਰ ਸਾਲ ਹੀ ਪੇਪਰ 'ਚ ਰਿਪੀਟ ਹੁੰਦਾ ਹੈ ਇਸ ਨੂੰ ਘੁਮਾ ਫਿਰਾ ਕੇ ਪੁੱਛ ਸਕਦੇ ਨੇ ਕਿ ਸ਼ਹਿਰ ਸ਼ਹਿਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਕਈ ਵਾਰ ਸ਼ਹਿਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਤੁਸੀਂ ਇੱਥੇ ਵੀ ਮਤਲਬ ਰੌਣਕ ਬਹੁਤ ਹੁੰਦੀ ਹੈਗੀ ਹਰਿਆਵਲ ਤੋਂ ਇਹ ਦੂਰ ਹੁੰਦਾ ਹੈਗਾ ਸਹੂਲਤਾਂ ਇੱਥੇ ਬਹੁਤ ਮਿਲ ਜਾਂਦੀਆਂ ਨੇ ਵੈਸੇ ਆਪਣੇ ਟੌਪਿਕ 'ਚ ਕੈਰੈਕਟ੍ਰਿਸਟਿਕਸ ਹੈ ਨਹੀਂ ਲੇਕਿਨ ਇਹ ਕਈ ਵਾਰ ਪੁੱਛ ਲੈ ਪੁੱਛਿਆ ਇਹਨਾਂ ਨੇ ਤਾਂ ਇਸ ਕਰਕੇ ਜਿਹੜੀਆਂ ਹੈ 5-7 ਵਿਸ਼ੇਸ਼ਤਾਵਾਂ ਤਨਾ ਲਿਖ ਕੇ ਆਉਣੀ ਆ ਹੀ ਆਉਣੀਆਂ ਨੇ ਜਦੋਂ ਇਹ ਪੁੱਛ ਲੈਣ ਨਾ ਪੁੱਛਣ ਤਾਂ ਆਪਾਂ ਨੇ ਲਿਖਣੀ ਲਿਖਣੀ ਹੈ ਕਿਉਂਕਿ ਪ੍ਰੋਬਲਮਸ ਹੀ ਹੈ ਆਪਣੇ ਸਿਲੇਬਸ 'ਚ ਠੀਕ ਹੈ ਫਿਰ ਹੈ 74th ਐਮੈਂਡਮੈਂਟ ਇਨ ਡੀਟੇਲ ਹੁਣ ਦੇਖੋ 74ਵੀਂ ਸੰਵਿਧਾਨਕ ਸੋਧ ਦੇ ਬਾਰੇ ਲਿਖੋ ਹੁਣ ਹੋਣੇ ਕਿ ਆ ਕੇ ਹਟੀਆਂ ਕਿ 73ਵੀਂ ਅਤੇ 74ਵੀਂ ਸ਼ੋਧ ਬਹੁਤ ਜ਼ਿਆਦਾ ਇੰਪੋਰਟੈਂਟ ਹੈ 73ਵੀਂ ਜਿਹੜੀ ਮੈਂ ਦੱਸਵੀਂ ਦਨੀ ਹੈ 73ਵੀਂ ਜਿਹੜੀ ਸੀ ਕਿ ਉਹ ਪਿੰਡੂ ਡਿਵੈਲਪਮੈਂਟ ਦੇ ਲਈ ਸੀ ਤੇ ਜਿਹੜੀ 74ਵੀਂ ਸੀ ਇਹ ਸ਼ਹਿਰਾਂ ਦੇ ਲਈ ਸੀ ਤੇ ਇਹ ਜਿਹੜਾ ਹੈਗਾ ਸੰਵਿਧਾਨਕ ਸ਼ੋਧਾਂ ਹੋਈਆਂ ਸੀਆਂ ਬਹੁਤ ਇੰਪੋਰਟੈਂਟ ਨੇ ਕਿਹੜੇ ਇਅਰ ਚ ਹੋਈਆਂ ਨੇ ਕਿਹਨਾਂ ਦੁਆਰਾ ਕੀਤੀਆਂ ਗਈਆਂ ਨੇ ਕਿੱਦਾਂ-ਕਿੱਦਾਂ ਇਹਦਾ ਥੋੜਾ ਜਿਹਾ ਪ੍ਰੋਸੈਸ ਚੱਲਿਆ ਸੀਗਾ ਸੋ ਇਹ ਇੰਪੋਰਟੈਂਟ ਆ ਸੋ ਰਾਈਟ ਸਟਰਕਚਰ ਟਾਈਪਸ ਫੰਕਸ਼ਨਸ ਆਫ ਮਿਊਸਿਪੈਲਿਟੀਜ਼ ਸੋਰਸੇਸ ਆਫ ਫਾਈਨਾਂਸ ਮਿਊਸਿਪੈਲ ਕਿਸਮਾ ਅਤੇ ਆਮਦਨ ਸਰੋਤਾਂ ਬਾਰੇ ਲਿਖੋ ਕਿ ਮਿਊਨਿਸਪਲ ਮਿਸੀਪੈਲਟੀਆਂ ਨੇ ਜਿਹੜੇ ਉਹਨਾਂ ਨੂੰ ਸੋਰਸ ਆਫ ਫਾਈਨਾਂਸ ਜਿਹੜਾ ਹੈਗਾ ਕੀ ਹੈ ਇਨਕਮ ਸੋਰਸ ਉਹਨਾਂ ਦਾ ਕਿਹੜਾ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ ਬਾਰੇ ਲਿਖੋ ਇਹਦਾ ਸਟਰਕਚਰ ਲਿਖੋ ਠੀਕ ਹੈ ਇਹਦੇ ਫੰਕਸ਼ਨ ਲਿਖੋ ਮਿਊਨਿਸਪਲ ਕਾਰਪੋਰੇਸ਼ਨ ਦੀ ਬੰਦਤਰ ਕਾਰਜ ਡਿਊਟੀਆਂ ਪਾਵਰਜ਼ ਆਫ ਮੇਅਰ ਇਹ ਕੁਸ਼ਨ ਬਹੁਤ ਵਾਰ ਪੁੱਛਿਆ ਜਾਂਦਾ ਕੁਮਾਕੇ ਪੁੱਛਿਆ ਜਾਂਦਾ ਹੈ ਮੇਅਰ ਦਾ ਕੁਛ ਨਾ ਕੁਝ ਪੁੱਛ ਲੈਂਦੇ ਲੇਕਿਨ ਤੁਸੀਂ ਅਗਰ ਮੇਅਰ ਦੇਖ ਲੈਣੇ ਹੋ ਤਾਂ ਆਈ ਕੁਸ਼ਨ ਕਰਕੇ ਆਣਾ ਹੈ ਮੇਅਰ ਦੀਆਂ ਸ਼ਕਤੀਆਂ ਤੇ ਮੇਅਰ ਜਿਹੜਾ ਹੈ ਕਿੱਦਾਂ ਚੁਣਿਆ ਜਾਂਦਾ ਹੈਗਾ ਤੇ ਕੀ ਭੂਮਿਕਾ ਨਿਭਾਉਂਦਾ ਤਾਂ ਇਹ ਤਿੰਨੋਂ ਹੀ ਚੀਜ਼ਾਂ ਲਿਖ ਕੇ ਆਉਣੀ ਹੈ ਜਦੋਂ ਵੀ ਤੁਸੀਂ ਕਿਸੇ ਡਿਪਟੀ ਕਮਿਸ਼ਨਰ ਦੇ ਬਾਰੇ ਲਿਖ ਰਹੇ ਹੋ ਬੀਡੀਪੀ ਹੋਲ ਦੇ ਬਾਰੇ ਲਿਖ ਰਹੇ ਹੋ ਮੇਅਰ ਦੇ ਬਾਰੇ ਲਿਖ ਰਹੇ ਹੋ ਤਾਂ ਤੁਸੀਂ ਜ਼ਰੂਰ ਹੀ ਜਿਹੜਾ ਹੈ ਉਸ ਦੀਆਂ ਸ਼ਕਤੀਆਂ ਜਾਂ ਕਾਰਜ ਕਹਿ ਲਓ ਠੀਕ ਹੈ ਪਲੱਸ ਜਿਹੜਾ ਹੈਗਾ ਕਿ ਉਹ ਉਦਾਰ ਰੋਲ ਕੀ ਹੈਗਾ ਠੀਕ ਹੈ ਇਹ ਸਥਿਤੀ ਕੀ ਹੈਗੀ ਇਹ ਕਿੱਦਾਂ ਚੁਣਿਆ ਜਾਂਦਾ ਇਹ ਚੀਜ਼ਾਂ ਜ਼ਰੂਰ ਲਿਖ ਕੇ ਆਉਣੀਆਂ ਨੇ ਐਕਸਪਲੇਨ ਸਟੇਟ ਕੰਟਰੋਲ ਓਵਰ ਲੋਕਲ ਬੋਡੀਜ਼ ਬਾਰ-ਬਾਰ ਰਿਪੀਟ ਵਾਲਾ ਕੁਐਸਚਨ ਹੈ ਇਹ ਵੀ ਰਾਜਸਥਾਨਕ ਸਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਕਿਵੇਂ ਕੰਟਰੋਲ ਕਰਦੀ ਹੈ ਤਾਂ ਰਾਜ ਜਿਹੜਾ ਹੈ ਸਥਾਨਕ ਸੰਸਥਾਵਾਂ ਨੂੰ ਕੰਟਰੋਲ ਕਿਦਾਂ ਕਰਦਾ ਹੈ ਇੰਪੋਰਟੈਂਟ ਕੁਐਸਚਨ ਹੈ ਸਟੇਟ ਫਾਈਨੈਂਸ ਕਮਿਸ਼ਨ ਇਨ ਡਿਟੇਲ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਦੇ ਵਿੱਚ ਸਿਰਫ ਐਨ ਐਨੇ ਹੀ ਛੋਟੇ-ਛੋਟੇ ਕੁਐਸਚਨ ਪੁੱਛੇ ਜਾਂਦੇ ਨੇ ਤੁਸੀਂ ਆਪਣੇ ਅਕੋਰਡਿੰਗ ਲਿਖਣਾ ਹੁੰਦਾ ਵੀ ਆਪਾਂ ਨੇ ਕੀ ਲਿਖਣਾ ਹੈ ਦੇ ਵਿੱਚ ਤਾਂ ਤੁਸੀਂ ਜਿਹੜਾ ਹੈ ਇਹਦੇ ਵਿੱਚ ਬਣਤਰ ਅਤੇ ਕਾਰਜ ਇੰਪੋਰਟੈਂਟ ਹੈ ਤਾਂ ਇਹ ਲਿਖ ਕੇ ਆਉਣੇ ਦਾ ਵੀਡੀਓ ਹੋਪ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇਗਾ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਨਾ ਹੈ ਇਹ ਆਪਣੀ ਮੋਰਲ ਰਿਸਪੋਨਸੀਬਿਲਟੀ ਬਣਾ ਲਓ ਕਿ ਬੁక్స్ ਦੇ ਉੱਤੇ ਵੀ ਰਜਿਸਟਰਸ ਦੇ ਉੱਤੇ ਵੀ ਨਾਮ ਜ਼ਰੂਰ ਲਿਖਦਿਆ ਕਰੋ ਮੀਨ ਸਟੱਡੀ ਹਬ ਤਾਂ ਕਿ ਕੋਈ ਵੀ ਨੈਕਸਟ ਵਾਲਾ ਬੱਚਾ ਆਏਗਾ ਅਗਲੇ ਸਾਲ ਵਾਲਾ ਉਹ ਕਟੋ-ਕਟ ਉਸ ਨੂੰ ਵੀਡੀਓਜ਼ ਦੇ ਬਾਰੇ ਨਹੀਂ ਪਤਾ ਤਾਂ ਐਟਲੀਸਟ ਚੈਨਲ ਦਾ ਪਤਾ ਲੱਗ ਜਾਏਗਾ ਤੇ ਫਿਰ ਬੱਚਾ ਆਪ ਹੀ ਸਰਚ ਕਰਕੇ ਵੇਖ ਲੈਂਦਾ ਹੈ